ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਡਲ ਟੀਵੀ, ਮੈਂ ਹਾਂ ਜੱਸੀ ਕੌਰ। ਨਿਊਜ਼ੀਲੈਂਡ ਦੇ ਵਿੱਚ ਆਉਣ ਵਾਲੇ ਹੁਣ ਯਾਤਰੀਆਂ ਦੇ ਵਿੱਚੋਂ 85% ਤੋਂ ਜ਼ਿਆਦਾ ਈ ਗੇਟਸ ਦੀ ਵਰਤੋਂ ਕਰ ਸਕਣਗੇ। ਦੱਸ ਜਾਂਦੇ ਹਾਂ ਕਿ 15 ਦੇ ਕਰੀਬ ਹੋਰ ਯੂਰੋਪੀਅਨ ਯੂਨੀਅਨ ਸਟੇਟ ਦੇ ਮੈਂਬਰਸ ਨੂੰ ਇਸ ਦੇ ਵਿੱਚ ਹੁਣ ਸ਼ਾਮਿਲ ਕਰ ਲਿਆ ਗਿਆ ਅਤੇ ਹੁਣ ਕੁੱਲ 27 ਯੂਰੋਪੀਅਨ ਯੂਨੀਅਨ ਮੈਂਬਰ ਦੇ ਸਟੇਟ ਦੇ ਜਿਹੜੇ ਯਾਤਰੀ ਨੇ ਉਹ ਨਿਊਜ਼ੀਲੈਂਡ ਦੇ ਵਿੱਚ ਈ ਗੇਟਸ ਦੀ ਵਰਤੋਂ ਕਰ ਸਕਣਗੇ ਜਿਨ੍ਹਾਂ ਦੇ ਕੋਲ ਈ ਪਾਸਪੋਰਟ ਨੇ। ਬਾਰਡਰ ਆਪਰੇਸ਼ਨ ਦੇ ਗਰੁੱਪ ਮੈਨੇਜਰ ਡੇਨ ਮਿਕਟੋਨਲ ਦੇ ਮੁਤਾਬਿਕ ਯੂਰੋਪੀਅਨ ਸਟੇਟਸ ਦੇ ਨਾਲ ਨਿਊਜ਼ੀਲੈਂਡ ਦਾ ਕਾਫੀ ਗੂੜਾ ਰਿਸ਼ਤਾ ਹੈ ਅਤੇ ਯੂਰੋਪੀਅਨ ਸਟੇਟ ਦੇ ਮੈਂਬਰ ਨਿਊਜ਼ੀਲੈਂਡ ਦੇ ਵਿੱਚ ਘੁੰਮਣ ਫਿਰਨ ਦੇ ਲਈ ਉਹਨਾਂ ਦੀ ਇਹ ਪਹਿਲੀ ਪਸੰਦ ਹੈ ਅਤੇ ਇਸ ਦੇ ਨਾਲ ਉਹਨਾਂ ਨੂੰ ਆਸਾਨੀ ਦੇ ਨਾਲ ਅਤੇ ਟਾਈਮ ਬਚਾ ਕੇ ਚੈੱਕ ਇਨ ਕਰਨ ਦੇ ਲਈ ਕਾਫੀ ਮਦਦ ਮਿਲੇਗੀ। ਦੱਸ ਜਾਂਦੇ ਹਾਂ ਕਿ ਯੂਰੋਪੀਅਨ ਯੂਨੀਅਨ ਦੇ ਸਟੇਟ ਮੈਂਬਰਸ 10 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਜਿਨ੍ਹਾਂ ਦੇ ਕੋਲ ਈ ਪਾਸਪੋਰਟ ਨੇ ਉਹ ਆਸਾਨੀ ਦੇ ਨਾਲ ਈ ਗੇਟਸ ਦੀ ਵਰਤੋਂ ਕਰਕੇ ਚੈੱਕ ਇਨ ਕਰ ਸਕਦੇ ਨੇ।